ਵਾਰ ਐਸਾ ਹੁੰਦਾ ਹੈ ਕਿ ਸਾਨੂੰ ਬਾਰ ਬਾਰ ਭੁੱਖ ਲੱਗਦੀ ਹੈ, ਕਈ ਵਾਰ ਸਾਡਾ ਪੇਟ ਭਰਿਆ ਵੀ ਹੁੰਦਾ ਹੈ ਫਿਰ ਵੀ ਬਾਰ ਬਾਰ ਭੁੱਖ ਲੱਗਦੀ ਹੈ, ਔਰ ਇਹਦੇ ਪਿੱਛੇ ਬਹੁਤ ਸਾਰੇ ਫੈਕਟਰਸ ਹੁੰਦੇ ਹੈ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਸਾਡੀ ਸਲੀਪ ਡੈਪਰੀਵੇਸ਼ਨ, ਯਾਨੀ ਕਿ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਦੇਖਣਾ ਕਿ ਤੁਹਾਡੇ ਖਾਣੇ ਦੇ ਪੈਟਰਨ ਦੇ ਉੱਤੇ ਇਹਦਾ ਬਹੁਤ ਇਫੈਕਟ ਪੈਂਦਾ ਹੈ। ਜੇ ਤੁਸੀਂ ਕਿਸੇ ਤਰ੍ਹਾਂ ਦੀ ਮੈਡੀਕੇਸ਼ਨ 'ਤੇ ਹੋ, ਜਿਵੇਂ ਤੁਸੀਂ ਸ਼ੂਗਰ ਦੀ ਦਵਾਈ ਲੈ ਰਹੇ ਹੋ, ਥਾਇਰੋਇਡ ਦੀ ਦਵਾਈ ਲੈ ਰਹੇ ਹੋ, ਜੇ ਕੋਈ ਹੋਰ ਇਸ ਤਰ੍ਹਾਂ ਦੀਆਂ ਮੈਡੀਸਨਸ ਚੱਲ ਰਹੀਆਂ ਹੈ, ਜਿਵੇਂ ਕਿ ਕਈ ਵਾਰ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਵੀ ਹੁੰਦੀ ਹੈ, ਉਹਦੇ ਨਾਲ ਵੀ ਤੁਹਾਨੂੰ ਬਾਰ ਬਾਰ ਭੁੱਖ ਲੱਗਦੀ ਹੈ। ਨਾਓ ਇਹ ਕਿਉਂ ਹੁੰਦਾ ਹੈ? ਸਾਡੀ ਬੋਡੀ ਦੇ ਵਿੱਚ ਇੱਕ ਹਾਰਮੋਨ ਹੁੰਦਾ ਹੈ ਜਿਹੜਾ ਹੁੰਦਾ ਹੈ ਲੈਪਟਿਨ। ਲੈਪਟਿਨ ਇੱਕ ਐਸਾ ਹਾਰਮੋਨ ਹੈ ਜਿਹੜਾ ਕਿ ਸਾਨੂੰ ਸੈਟਾਈਟੀ ਯਾਨੀ ਕਿ ਫੁੱਲਨੈਸ ਦੀ ਫੀਲਿੰਗ ਦਿੰਦਾ ਹੈ, ਲੇਕਿਨ ਜਦੋਂ ਬਾਰ ਬਾਰ ਖਾਇਆ ਜਾਂਦਾ ਹੈ ਤਾਂ ਬੋਡੀ ਦੇ ਜਿਹੜੇ ਫੈਟ ਸੈਲਸ ਹੁੰਦੇ ਆ ਉਹ ਲੈਪਟਿਨ ਨੂੰ ਰਿਸਪੋਂਡ ਨਹੀਂ ਕਰਦੇ। ਬ੍ਰੇਨ ਦੇ ਵਿੱਚ ਇਹ ਸਿਗਨਲ ਨਹੀਂ ਜਾਂਦਾ ਕਿ ਹੁਣ ਪੇਟ ਭਰ ਗਿਆ ਹੈ, ਇਸੇ ਕਰਕੇ ਬਾਰ ਬਾਰ ਭੁੱਖ ਲੱਗਦੀ ਹੈ ਜਦਕਿ ਤੁਹਾਡਾ ਪੇਟ ਭਰਿਆ ਹੋਇਆ ਹੈ। ਸੋ ਇਹ ਚੀਜ਼ ਜਦੋਂ ਬਾਰ ਬਾਰ ਹੁੰਦੀ ਹੈ ਤਾਂ ਤੁਹਾਡੀ ਬੋਡੀ ਦੇ ਵਿੱਚ ਲੈਪਟਿਨ ਰੈਜ਼ਿਸਟੈਂਸ ਹੁੰਦੀ ਹੈ, ਜਿਹਦੀ ਵਜ੍ਹਾ ਦੇ ਨਾਲ ਤੁਹਾਡੇ ਬ੍ਰੇਨ ਨੂੰ ਇਹ ਸਾਈਨ ਹੀ ਨਹੀਂ ਜਾਂਦਾ, ਇਹ ਸਿਗਨਲ ਹੀ ਨਹੀਂ ਜਾਂਦਾ ਕਿ ਤੁਹਾਡਾ ਪੇਟ ਭਰਿਆ ਹੋਇਆ ਹੈ। ਤਾਂ ਇਹਦਾ ਨਤੀਜਾ ਹੁੰਦਾ ਹੈ ਕਿ ਤੁਸੀਂ ਬਾਰ ਬਾਰ ਤੁਹਾਨੂੰ ਭੁੱਖ ਲੱਗਦੀ ਹੈ। ਨਾ ਇਹ ਬਹੁਤ ਹੀ ਡੇਂਜਰਸ ਚੀਜ਼ ਹੈ, ਬਿਕੋਜ਼ ਜੇ ਬਾਰ ਬਾਰ ਜ਼ਰੂਰਤ ਤੋਂ ਜ਼ਿਆਦਾ ਖਾਇਆ ਜਾਏ ਤਾਂ ਤੁਹਾਡਾ ਵੇਟ ਵੱਧਦਾ ਜਾਏਗਾ। ਕੁਛ ਐਸੇ ਫੂਡਸ ਹੁੰਦੇ ਹੈ ਜਿਹੜੇ ਕਿ ਤੁਹਾਡੀ ਬੋਡੀ ਦੇ ਵਿੱਚ ਬਾਰ ਬਾਰ ਖਾਣ ਦੀ ਅਰਜਿਸ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਬਰੋਕਲੀ ਬਾਰੇ। ਹਾਂ, ਥਾਇਰੋਇਡ ਦੇ ਪੇਸ਼ੈਂਟਸ ਬਰੋਕਲੀ ਡੈਫੀਨੇਟਲੀ ਨਹੀਂ ਲੈ ਸਕਦੇ, ਸੋ ਤੁਸੀਂ ਬਰੋਕਲੀ ਖਾਓ, ਆਪਣੇ ਖਾਣੇ ਦੇ ਵਿੱਚ ਓਟ ਮੀਲ ਸ਼ਾਮਿਲ ਕਰੋ, ਆਪਣੇ ਤੁਸੀਂ ਫਿਸ਼ ਜੇ ਖਾਂਦੇ ਹੋ, ਫਿਸ਼ ਦੇ ਵਿੱਚ ਓਮੇਗਾ 3-6 ਫੈਟੀ ਐਸਿਡਸ ਹੁੰਦੇ ਹੈ ਜਿਹੜੇ ਕਿ ਲੈਪਟਿਨ ਰੈਜ਼ਿਸਟੈਂਸ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦੇ ਹੈ, ਔਰ ਤੁਹਾਡੀ ਬੋਡੀ ਨੂੰ ਜਲਦੀ ਜਲਦੀ ਸਿਗਨਲਸ ਆਉਂਦੇ ਹੈ, ਬ੍ਰੇਨ ਤੱਕ ਚਲੇ ਜਾਂਦੇ ਹੈ ਕਿ ਤੁਸੀਂ ਬੋਡੀ ਫੁੱਲ ਹੋ ਚੁੱਕੀ ਹੈ, ਇਸ ਕਰਕੇ ਤੁਹਾਨੂੰ ਬਾਰ ਬਾਰ ਭੁੱਖ ਨਹੀਂ ਲੱਗਦੀ। ਇਸ ਤੋਂ ਇਲਾਵਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਬਾਰ ਬਾਰ ਭੁੱਖ ਲੱਗਣ ਦਾ, ਉਹ ਹੈ ਡੀਹਾਈਡਰੇਸ਼ਨ। ਡੀਹਾਈਡਰੇਸ਼ਨ ਯਾਨੀ ਕਿ ਪਾਣੀ ਦੀ ਕਮੀ, ਤੁਹਾਡੇ ਬ੍ਰੇਨ ਨੂੰ ਇਹ ਸਿਗਨਲ ਜਾਂਦੇ ਹੈ ਕਿ ਤੁਹਾਨੂੰ ਪਿਆਸ ਲੱਗੀ ਹੈ, ਲੇਕਿਨ ਤੁਸੀਂ ਉਹਨੂੰ ਜਿਹੜੀ ਕੋਡਿੰਗ ਹੁੰਦੀ ਹੈ ਉਹ ਗਲਤ ਹੋ ਜਾਂਦੀ ਹੈ, ਔਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਭੁੱਖ ਲੱਗੀ ਹੈ। ਸੋ ਇਸ ਕਰਕੇ ਰੈਗੂਲਰ ਅਮਾਊਂਟਸ ਦੇ ਵਿੱਚ ਤੁਸੀਂ ਪਾਣੀ ਪੀਓ, ਬਾਰ ਬਾਰ ਤੁਸੀਂ ਪਾਣੀ ਪੀਓ, ਜਿਹਦੇ ਨਾਲ ਤੁਹਾਡੀ ਫ੍ਰੀਕੁਐਂਸੀ ਆਫ ਯੂਰੀਨੇਸ਼ਨ ਵਧੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਓਮੇਗਾ 3-6 ਫੈਟੀ ਐਸਿਡਸ ਦੇ ਬਾਰੇ ਸੋਚੋ। ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਵਾਲਨਟਸ ਦੇ ਵਿੱਚ ਓਮੇਗਾ ਫੈਟਸ ਹੁੰਦੇ ਹੈ। ਜਾਂ ਤੁਸੀਂ ਸੀਡਸ ਲੈ ਸਕਦੇ ਹੋ, ਜਿਵੇਂ ਕਿ ਫਲੈਕ ਸੀਡਸ ਹੈਗੇ ਆ, ਜਿਵੇਂ ਕਿ ਅਲਸੀ ਹੈ, ਚੀਆ ਸੀਡਸ ਲੈ ਸਕਦੇ ਹੋ, ਵਾਟਰਮੈਲਨ ਸੀਡਸ, ਪੰਪਕਿਨ ਸੀਡਸ, ਇਹ ਸਾਰੀਆਂ ਚੀਜ਼ਾਂ ਤੁਹਾਡੀ ਬੋਡੀ ਦੇ ਵਿੱਚ ਜਿਹੜੀ ਸੈਟਾਈਟੀ ਹਾਰਮੋਨ ਹੈ ਉਹਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰਦੀਆਂ। ਹਰ ਰੋਜ਼ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਸਰਸਾਈਜ਼ ਕਰੋ, ਆਪਣੇ ਮਾਈਂਡ ਨੂੰ ਕੰਟਰੋਲ ਕਰਨ ਵਾਸਤੇ ਕੋਈ ਨਾ ਕੋਈ ਮੈਡੀਟੇਸ਼ਨ ਦਾ ਸਹਾਰਾ ਲਓ, ਆਪਣੇ ਸਟ੍ਰੈਸ ਨੂੰ ਰਿਡਿਊਸ ਕਰੋ, ਖੁਸ਼ ਰਹੋ, ਅੱਛੀ ਤਰ੍ਹਾਂ ਨੀਂਦ ਲਵੋ, ਔਰ ਇਸੇ ਤਰ੍ਹਾਂ ਤੁਸੀਂ ਆਪਣੀ ਹੰਗਰ ਨੂੰ ਕੰਟਰੋਲ ਕਰ ਸਕਦੇ ਹੋ।